ਪੁਲਿਸ ਵੱਲੋਂ ਕਾਰਵਾਈ ਦੇ ਅਸੀਂ ਇੰਸਪੈਕਟਰ ਜਸਪਾਲ ਸਿੰਘ ਧਾਮੀ ਜਿਹੜੇ ਐਸ ਐਚ ਓ ਮੁੱਖ ਥਾਣਾ ਧਰਮਕੋਟ ਅਤੇ ਏ ਸੀ ਲਖਵਿੰਦਰ ਸਿੰਘ ਅਤੇ ਮੈਂ ਇਹਦੇ ਨਾਲ ਹੋਰ ਸਾਥੀਆਂ ਨਾਲ ਹੀ ਮਤਲਬ ਢੋਲੇਆਲਾ ਚੌਂਕ ਦੇ ਵਿੱਚ ਮੌਜੂਦ ਸੀ ਅਤੇ ਉੱਥੇ ਜਿਹੜੇ ਜਸਵਿੰਦਰ ਸਿੰਘ ਮ੍ਰਿਤਕ ਜਸਵਿੰਦਰ ਸਿੰਘ ਦੇ ਚਾਚਾ ਜੀਤ ਸਿੰਘ ਜੀ ਨੇ ਆ ਕੇ ਸਾਨੂੰ ਦੱਸਿਆ ਵੀ ਇਸ ਤਰ੍ਹਾਂ ਉਹ ਸਵੇਰੇ ਉਹ ਗਸ਼ ਖਾ ਕੇ ਜਦੋਂ ਜਸਵਿੰਦਰ ਸਿੰਘ ਉੱਠਿਆ ਅਤੇ ਗਸ਼ ਖਾ ਕੇ ਉੱਥੇ ਵਿਹੜੇ 'ਚ ਡਿੱਪਿਆ ਉਹਨੇ ਘਰ ਉਦੋਂ ਮੈਂ ਮੌਜੂਦ ਸੀਗਾ ਅਤੇ ਉਹ ਗਸ਼ ਖਾ ਕੇ ਡਿੱਪਿਆ ਪਤਾ ਨਹੀਂ ਹੁਣ ਉਹਦੀ ਅਟੈਕ ਹੋਣ ਦੇ ਨਾਲ ਮੌਤ ਹੋਈ ਆ ਜਾਂ ਉਹਨੇ ਕੋਈ ਜ਼ਹਿਰੀਲੀ ਚੀਜ਼ ਖਾ ਲਈ ਆ ਕਿਉਂਕਿ ਉਹ ਮਤਲਬ ਕੱਲ੍ਹ ਪਰਸੋਂ ਪਰੇਸ਼ਾਨ ਬੜਾ ਰਹਿੰਦਾ ਸੀਗਾ। ਕਿਸ ਗੱਲ ਤੋਂ ਪਰੇਸ਼ਾਨ ਰਹਿੰਦੀ ਸੀ? ਪਰੇਸ਼ਾਨ ਉਹ ਕੋਈ ਆੜਤੀਆਂ ਨਾਲ ਸਤਵਿੰਦਰ ਕੁਮਾਰ ਅਤੇ ਪ੍ਰੇਮਚੰਦ ਪਤਰਾ ਜਿਹੜਾ ਲਾਹੌਰੀ ਰਾਮ ਦੇ ਨਾਲ ਜਿਹੜੇ ਮੋਗੇ ਦੇ ਵਾਲੇ ਨੇ ਆੜਤ ਧਰਮਕੋਟ ਵਿਖੇ ਆ ਉਹਨਾਂ ਦਾ ਕੋਈ ਪੈਸੇ ਨਾ ਲੈਣ ਦੇ ਦਾ ਮਤਲਬ ਚੱਕਰ ਸੀਗਾ। ਇਸ ਸੰਬੰਧ ਵਿੱਚ ਇਹਨਾਂ ਦੇ ਪਹਿਲਾਂ ਕੁਛ ਪੈਸੇ ਮੋੜੇ ਵੀ ਸੀਗੇ ਅਤੇ ਉਸ ਤੋਂ ਬਾਅਦ ਕੁਛ ਪੈਸੇ ਬਸ ਮੋੜਨੇ ਵੀ ਸੀਗੇ ਇਹਨੇ ਉਹ ਪਰੰਤੂ ਉਦੋਂ ਜਸਵਿੰਦਰ ਸਿੰਘ ਦਾ ਲੜਕਾ ਦਾ ਬਿਮਾਰ ਹੋ ਗਿਆ ਉਹ ਮਤਲਬ ਪੈਸੇ ਨਹੀਂ ਮੋੜ ਸਕਿਆ ਅਤੇ ਬਾਅਦ 'ਚ ਬੰਦੇ ਵਿੱਚ ਪਾ ਕੇ ਮਤਲਬ ਕਹਿੰਦੇ ਰਹੇ ਵੀ ਮਤਲਬ ਸਾਡੀ ਜ਼ਮੀਨ ਤੁਸੀਂ ਨਾ ਲਿਖਵਾਓ। ਪੁਲਿਸ ਵੱਲੋਂ ਉਹਨਾਂ ਨੇ ਮਤਲਬ ਉਹਨਾਂ ਨੇ ਜਿਹੜੇ ਜੀਤ ਸਿੰਘ ਦਾ ਚਾਚੇ ਦੇ ਬਿਆਨ ਦੇ ਮੁਤਾਬਕ ਜਿਹੜੇ ਉਹਨਾਂ ਨੇ ਦੱਸਿਆ ਵੀ ਮਤਲਬ ਉਹਨੇ ਪਰੇਸ਼ਾਨੀ ਕਰਕੇ ਜਿਹੜੇ ਆੜਤੀਆਂ ਵੱਲੋਂ ਪਰੇਸ਼ਾਨ ਕਰਕੇ ਜਿਹਨਾਂ ਉਹਨਾਂ ਨੇ ਮਤਲਬ ਉਹਨਾਂ ਦੀ ਜ਼ਮੀਨ ਲਿਖਾ ਲਈ ਸੀਗੀ ਜ਼ਮੀਨ ਲਿਖਾ ਲਈ ਆ ਅਤੇ ਮਤਲਬ ਉਹਦੇ ਮਗਰ ਕੁਛ ਬਚਿਆ ਨਹੀਂ ਉਹਦੇ ਬੱਚਿਆਂ ਦੇ ਵਰਗੂ ਰੋਟੀ ਰੋਜੀ ਦਾ ਸਾਧਨ ਕੋਈ ਬਚਿਆ ਨਹੀਂ। ਪੁਲਿਸ ਵੱਲੋਂ ਜਿਹੜਾ ਜੇ ਮਤਲਬ ਉਹਨੂੰ ਪਰੇਸ਼ਾਨੀ ਕਰਨ ਬਾਰੇ ਮਤਲਬ ਧਾਰਾ 346 ਆਈ ਪੀ ਸੀ ਮਾਮਲਾ ਜਿਹੜਾ ਸਾਡਾ ਧਾਮਕੋਟ ਦਰਜ ਕੀਤਾ ਗਿਆ ਵਾ ਦੋ ਦੋਸ਼ੀ ਆ ਜੀ ਸਤਵਿੰਦਰ ਕੁਮਾਰ ਅਤੇ ਪ੍ਰੇਮਚੰਦ ਪਤਰਾਮ ਲਾਹੌਰੀ ਰਾਮ ਮੋਗਾ ਦੇ ਰਹਿਣ ਵਾਲੇ। ਪੂਰੇ ਮਾਮਲੇ ਵਿੱਚ ਕਿਸੇ ਦੀ ਗ੍ਰਿਫਤਾਰੀ ਹੋ ਸਕੀ? ਗ੍ਰਿਫਤਾਰੀ ਕੋਈ ਨਹੀਂ ਹਜੇ ਵੀ ਜੀ।